ਸਾਹਮਣੇ ਤਕਰੀਬਨ ਇਸ ਗ੍ਰੰਥ ਦੇ ਵਿੱਚ ਇਹ ਜਿੰਨੇ ਪ੍ਰਮਾਣ ਦੇ ਕੇ ਕਾਗ ਦਾ ਪ੍ਰਮਾਣ ਹੁੰਦਾ ਹੈ ਕਾਗ ਜਦੋਂ ਸਾਧ ਸੰਗਤ ਜੀ ਗੱਲਾਂ ਹੈ ਤਾਂ ਵੇਖੋ ਦੋ ਬੂੰਦਾਂ ਨਾਲ ਗੱਲਦਾ ਹੈ ਘਿਓ ਦਾ ਸੰਬੰਧ ਹੋਣ ਕਰਕੇ ਉਹੀ ਕਾਗਜ਼ ਸੇਵ ਹੋ ਜਾਂਦਾ ਹੈ। ਇਸੇ ਤਰ੍ਹਾਂ ਕੱਲੀ ਰੂਹ ਜਿਹੜੀ ਹੈ ਗੁਰੂ ਦੀ ਕੋਈ ਲਾਇਕ ਨਹੀਂ ਹੈ, ਪਰ ਜਦੋਂ ਤੇਲ ਨਾਲ ਸੰਬੰਧ ਬਣ ਜਾਂਦਾ ਦੀਵਾ ਬਲਦਾ ਹੈ ਉਹ ਸਾਰੀ ਰਾਤ ਬਲਦੀ ਹੈ, ਅੱਗ ਦੇ ਵਿੱਚ ਰਹਿ ਕੇ ਵੀ ਉਸ ਕਾਕਾ ਕਰਮਪਾਲ ਸਿੰਘ ਦੇ ਭੋਗ ਸਮਾਗਮ ਅੰਤਮ ਅਰਦਾਸ ਦੇ ਵਿੱਚ ਸ਼ਾਮਲ
सरकार के सम्मानयोग उपस्थित संगत के रूप में साख संबंधी रिश्तेदार भैन भरा मित्र दोस्त बड़ी लंबी कतार है करनपाल दे चाहन वाले की तुहाडे इस इलाके की वो शान जिहड़ी अचानक उस अकाल पुरख का भाणा वरत्या और उस देवी विछोड़ा पै गया सरदार अजीत सिंह जी मोफत वो भी परिवार में दुख संगत करके गए उन्हों का भी धनबाद और उत्थे साढ़े हल्के मौजूदा एम एल ए साडे वडेरी सरदार दरबार सिंह जी मुंडर साहब वो भी परिवार का दुख संगत करके गए सो उन्हों का भी धनबाद और मैं विशेष तौर पर धनवादी हाँ साढ़े इलाके की मैं समझदा हिंदुस्तान के उदरवेही सियासतदान श्रोमणी अकाली दल के सीनियर वीर प्रधान सरदार गुरविंदर सिंह जी मुंडर साहब वह भी परिवार का दुख संगत करते गए सो उन्हों का भी परिवार वालों बहुत बहुत धन्यवाद करम श्रद्धांजलि के फुल भेट करा प्रोफेसर प्रीतम सिंह लिखते हैं एक बनक्शे का फुल आप बनक्शा कह लें बंसफे का फुल उन्होंने एक कविता लिखी है कि बनक्शे का फुल जिते मिलता है खुशबुआ जो चार छपे चलिया जाए तो नेड़े तेरे का जो वातावरण है वो सारा सुगंध कोई शब्द नहीं इन्हां साडे उस प्यारे छोटे वीर नूं श्रद्धांजलि दित्ती जाए मापिआं दा होणहार सपुत्र जिसने थोड़े जिहे समय दे विच अपने नगर दा नहीं पंजाब दा नाम उच्चा कीता होए जिसने वड्डे वड्डे मुकाबलिआं दे विच जित्तां हासिल कीतीआं होण ते इंज हार जोगा कोई सोच नहीं सकता बहुत सारे बुलाए ने खोल के तुम जानना पाया योजना जा उन्होंने सुभा से लड़ी बहनी थी और उन्होंने परिवार बारे भी काफ़ी गल पहले सामिया हुई मैं इन्होंने शब्दों का संत धनवाद करना जो जो दुखों का पहाड़ साढ़े दे गया थोड़ा थोड़ा करके तुम अपने उपर ले लिया साढ़े भाग में पै गए इस नाल सानूं हौसला मिलिया मैं 20 साल पहला की गल चेते करा कि जो साडे फादर साहब की डैथ होई Thank you.
कल्ले आगे नानका
ਪਿੰਡੇ ਦੇ ਉੱਤੇ ਹੰਢਾ ਕੇ ਇਸ ਸੰਸਾਰ ਦੇ ਵਿੱਚੋਂ ਗਏ। ਇਸ ਕਰਕੇ ਇਹ ਦੁਨਿਆਵੀ ਦੁੱਖ ਨੇ ਨਾ ਜਿਹੜੇ ਪਿਆਰੇ, ਇਹ ਹਰੇਕ ਮਨੁੱਖ ਦੇ ਜੀਵਨ ਦੇ ਵਿੱਚ ਆਉਣੇ ਹੀ ਆਉਣੇ ਨੇ। ਭਾਵੇਂ ਮਨੁੱਖ ਕਿੱਡਾ ਵੱਡਾ ਵੀ ਮਹਾਬਲੀ ਕਿਉਂ ਨਾ ਹੋਵੇ, ਕਿੰਨਾ ਵੱਡਾ ਵੀ ਕੋਈ ਸ਼ਹਿਜ਼ਾਦਾ ਕਿਉਂ ਨਾ ਹੋਵੇ, ਹਰੇਕ ਨੂੰ ਆਪਦੀ ਵਾਰੀ ਦੇ ਨਾਲ ਸਤਿਗੁਰੂ ਜੀ ਕਹਿੰਦੇ ਜਾਣੇ ਜਾਣੇ। ਭਾਵੇਂ ਕੋਈ ਅਮੀਰ ਹੈ, ਭਾਵੇਂ ਕੋਈ ਗਰੀਬ ਹੈ, ਬਾਣੀ ਦਾ ਵਚਨ ਹੈ ਰਾਣਾ ਰਾਓ ਨਾ ਕੋਰ ਹੈ, ਭਾਵੇਂ ਕੋਈ ਰਾਣੇ ਭਾਵੇਂ ਕੋਈ ਰਾਜੇ, ਭਾਵੇਂ ਕੋਈ ਗਰੀਬ ਹੈ ਰਾਣਾ ਰਾਓ ਨਾ ਕੋਰ ਹੈ, ਰੰਗ ਨਾ ਤੁਮ ਫਕੀਰ, ਵਾਰੀ ਆਪੋ ਆਪਣੀ, ਵਾਰੀ ਹੈ ਆਪੋ ਆਪਣੀ ਹਰੇਕ ਦੀ। ਜਿੰਨੇ ਕੁ ਵੀ ਸਾਹ ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਜੀਵਨ ਦੇ ਵਿੱਚ ਦੇਖਦਾ ਹੈ, ਉਨੇ ਕੁ ਸਾਹ ਭੁੱਕ ਕੇ ਇਸ ਸੰਸਾਰ ਦੇ ਵਿੱਚੋਂ ਅਸੀਂ ਚਲੇ ਜਾਂਦੇ ਹਾਂ। ਇਸ ਸੰਸਾਰ ਦੇ ਵਿੱਚੋਂ ਸਾਨੂੰ ਜਾਣਾ ਪੈਣਾ ਹੈ, ਇਹ ਰੱਬ ਜੀ ਦਾ ਹੁਕਮ ਹੈ। ਰਾਣਾ ਰੋ ਨਾ ਕੁਰ ਹੈ, ਰੰਗ ਨਾ ਕੁੰਭ ਫਕੀਰ, ਇਹ ਬਣ ਕੇ ਇਸ ਸੰਸਾਰ ਦੇ ਵਿੱਚ ਟਿਕਿਆ ਨਹੀਂ ਰਹਿ ਸਕਦਾ ਕੋਈ ਵੀ ਮਨੁੱਖ ਜਿਹੜਾ ਹੈ। ਹਰੇਕ ਨੂੰ ਆਪਦੀ ਵਾਰੀ ਦੇ ਨਾਲ ਪਿਆਰਿਓ ਜਾਣੀ ਜਾਣਾ ਪੈਣਾ, ਰੱਬ ਜੀ ਦਾ ਹੁਕਮ ਹੈ। ਬਾਬਾ ਫਰੀਦ ਜੀ ਦੀ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਬਾਬਾ ਫਰੀਦ ਜੀ ਨੇ ਬੜਾ ਪਿਆਰਾ ਵਚਨ ਕੀਤਾ ਹੈ, ਫਰੀਦਾ ਖਿੰਖੜ ਵੇਖਾਂ ਅਗਲੀਆਂ, ਜਿੰਦ ਨਾ ਕਾਲੀ ਮੇਕ, ਵਾਰੀ ਆਪੋ ਆਪਣੀ ਚਲੇ ਮਸਾਇਕ ਸੇਖ। ਬਾਬਾ ਫਰੀਦ ਜੀ ਕਹਿੰਦੇ ਮੈਂ ਜਿਹੜੀ ਤਨ ਦੇ ਉੱਤੇ ਇੱਕ ਕੱਪੜਾ ਪਹਿਨਿਆ ਹੋਇਆ ਮੇਰੇ ਤਨ ਦੇ ਉੱਤੇ, ਜਿਹੜੀ ਖਿੰਖਾ ਪਾਈ ਹੋਈ ਹੈ ਮੈਂ ਆਪਦੇ ਤਨ ਦੇ ਉੱਤੇ, ਕਹਿੰਦੇ ਇਹਨੂੰ ਬੜੀਆਂ ਟਾਕੀਆਂ ਲੱਗੀਆਂ ਹੋਈਆਂ ਨੇ, ਬੜੇ ਤਰੋਪੇ ਲੱਗੇ ਹੋਏ ਨੇ, ਇਸ ਖਿੰਖਾ ਬੰਨੀ ਹੋਈ ਹੈ ਮੇਰੀ ਗੋਦੜੀ ਜਿਹੜੀ, ਕਹਿੰਦੇ ਫਰੀਦਾ ਖਿੰਖੜ ਮੇਖਾ, ਮੇਖਾ ਦਾ ਭਾਵ ਹੁੰਦਾ ਤਰੋਪੇ, ਫਰੀਦਾ ਖਿੰਖੜ ਮੇਖਾ ਅਗਲੀਆਂ, ਜਿੰਦ ਨਾ ਕਾਲੀ ਮੇਖ, ਪਰ ਕਹਿੰਦੇ ਜਿਹੜੇ ਮੇਰੀ ਸਰੀਰ ਦੇ ਵਿੱਚ ਜਿੰਦ ਹੈ ਨਾ, ਮੇਰੀ ਤਨ ਦੇ ਵਿੱਚ ਜਿੰਦ ਹੈ, ਇਹਨੂੰ ਕੋਈ ਤਰੋਪਾ ਨਹੀਂ ਲੱਗਿਆ ਹੋਇਆ, ਇਹਨੂੰ ਕੋਈ ਗਾਂਢਾ ਨਹੀਂ ਲੱਗਿਆ ਹੋਇਆ ਕਿ ਇਹ ਸਾਡੇ ਤਨ ਦੇ ਨਾਲ ਰਚੀ ਰਵੇ। ਖਰੀਦਾ ਖਿੰਖੜ ਮੇਖਾ ਅਗਲੀਆਂ, ਜਿੰਦ ਨਾ ਕਾਲੀ ਮੇਖ, ਜਿੰਦ ਨੂੰ ਸਾਡੀ ਆਤਮਾ ਨੂੰ ਕੋਈ ਟਾਂਕਾ ਨਹੀਂ ਲੱਗਾ ਹੋਇਆ ਕਿ ਸਾਡੇ ਤਨ ਦੇ ਨਾਲ ਹਮੇਸ਼ਾ ਬਚੀ ਰਹੇ, ਕੋਈ ਪਤਾ ਨਹੀਂ ਕਹਿੰਦੇ ਕਦੋਂ ਹੰਸ ਉਡਾਰੀ ਮਾਰ ਜਾਏ। ਖਰੀਦਾ ਖਿੰਖੜ ਮੇਖਾ ਅਗਲੀਆਂ, ਜਿੰਦ ਨਾ ਕਾਲੀ ਮੇਖ, ਵਾਰੀ ਆਪੋ ਆਪਣੀ ਚਲੇ ਮਸਾਇਕ ਸੇਖ। ਵੱਡੇ ਵੱਡੇ ਮਸਾਇਕ, ਵੱਡੇ ਵੱਡੇ ਸ਼ੇਖ ਵੀ ਇਸ ਸੰਸਾਰ ਦੇ ਵਿੱਚੋਂ ਆਪਦੀ ਬਾਜੀ ਦੇ ਨਾਲ, ਆਪਦੀ ਵਾਰੀ ਦੇ ਨਾਲ ਇਸ ਸੰਸਾਰ ਦੇ ਵਿੱਚੋਂ ਚਲੇ ਗਏ ਹਨ, ਕਿਉਂਕਿ ਸਰੀਰ ਨੂੰ ਕੋਈ ਵੀ, ਸਾਡੀ ਆਤਮਾ ਨੂੰ ਕੋਈ ਵੀ ਤਰੋਪਾ ਨਹੀਂ ਲੱਗਾ ਹੋਇਆ, ਸਾਡੀ ਆਤਮਾ ਤਨ ਦੇ ਨਾਲ ਬੱਝੀ ਹੋਈ ਨਹੀਂ ਹੈ, ਕੋਈ ਪਤਾ ਨਹੀਂ। ਸਾਡੇ ਅੰਦਰ ਜੋ ਵੀ ਸਵਾਸ ਪਾਏ ਨਾ ਰੱਬ ਜੀ ਨੇ, ਜੋ ਵੀ ਅਸੀਂ ਸਾਹ ਲੈ ਰਹੇ ਹਾਂ, ਇਹ ਰੱਬ ਜੀ ਨੇ ਪਾਏ ਹੋਏ ਸਾਡੇ ਵਿੱਚ। ਉਹਨੇ ਅੰਸ਼ ਆਪਸੀ ਬਾਣੀ ਦੇ ਵਿੱਚ ਵੀ ਬਚਨ ਪੜ੍ਹਦੇ ਹਾਂ, ਕਹੋ ਕਬੀਰ ਹਮ ਰਾਮ ਕੀ ਅੰਸ਼, ਸਾਡੇ ਅੰਦਰ ਰੱਬ ਜੀ ਦੀ ਜੋਤ ਕੰਮ ਕਰ ਰਹੀ ਹੈ, ਰੱਬ ਜੀ ਦੀ ਅੰਸ਼ ਕੰਮ ਕਰ ਰਹੀ ਹੈ, ਤੇ ਜਦੋਂ ਰੱਬ ਜੀ ਸਾਡੇ ਵਿੱਚੋਂ ਉਹ ਜੋਤ ਖਿੱਚ ਲੈਂਦੇ ਨੇ, ਆਪਦੀ ਅੰਸ਼ ਸਾਡੇ ਵਿੱਚੋਂ ਖਿੱਚ ਲੈਂਦੇ ਨੇ, ਬੰਦਾ ਉਸੇ ਵਕਤ ਹੀ ਸਵਾਹ ਦੀ ਢੇਰੀ ਬਣ ਕੇ ਰਹਿ ਜਾਂਦਾ, ਸਵਾਹ ਦੀ ਢੇਰੀ ਬਣ ਜਾਂਦਾ ਬੰਦਾ। ਮਿੱਟੀ ਦਾ ਪੁਤਲਾ ਹੈ ਮਨੁੱਖ, ਮਾਟੀ ਕੋ ਪੁਤਲਾ, ਬਾਣੀ ਦੇ ਵਿੱਚ ਅਸੀਂ ਬਚਨ ਪੜ੍ਹਦੇ ਹਾਂ, ਮਾਟੀ ਕੋ ਪੁਤਲਾ ਕੈਸੇ ਨੱਚਤ ਹੈ। ਸਤਿਗੁਰੂ ਜੀ ਕਹਿੰਦੇ ਮਨੁੱਖ ਇੱਕ ਮਿੱਟੀ ਦਾ ਪੁਤਲਾ ਹੈ ਜਿਹੜਾ ਸਾਰੀ ਉਮਰ ਨੱਚਦਾ ਹੈ, ਮਾਟੀ ਕੋ ਪੁਤਲਾ ਕੈਸੇ ਨੱਚਤ ਹੈ, ਦੇਖੈ ਦੇਖੈ ਸੁਣੈ ਬੋਲੈ ਦੌੜੇ ਉਹ ਫਿਰਦਾ ਹੈ। ਇੱਕ ਮਿੱਟੀ ਦੇ ਪੁਤਲੇ ਦੇ ਬਰਾਬਰ ਸਾਡੀ ਅਹਿਮੀਅਤ ਗੁਰਬਾਣੀ ਦੇ ਵਿੱਚ ਸਾਨੂੰ ਦਿੱਤੀ ਹੈ। ਮਨੁੱਖ ਅਸੀਂ ਆਮ ਦੇਖ ਸਕਦੇ ਹਾਂ, ਦੇਖਣ ਵਾਸਤੇ ਕਿੰਨਾ ਤਕੜਾ ਸੀ ਸਾਡਾ ਵੀਰ, ਦੇਖਣ ਨੂੰ ਕਿੰਨਾ ਤਕੜਾ, ਕਬੱਡੀ ਦਾ ਪਲੇਅਰ ਸੀ, ਸਾਡੇ 6 ਫੁੱਟ 7 ਫੁੱਟ ਦੇ ਲਾਗੇ ਕਰਕੇ ਕੱਦ ਸੀ, ਪਰ ਬਾਣੀ ਦੇ ਵਚਨ ਮਾਟੀ ਕੋ ਪੁਤਲਾ ਕੈਸੇ ਨੱਚਦਾ ਹੈ, ਮਿੱਟੀ ਦਾ ਪੁਤਲਾ ਮਨੁੱਖ ਜਿਹੜਾ ਹੈ ਬੋਰੀ ਦੇ ਵਿੱਚ ਮੁੜ ਕੇ ਕੈਦ ਹੋ ਕੇ ਰਹਿ ਜਾਂਦਾ, ਮਿੱਟੀ ਬਣ ਕੇ ਢੇਰੀ ਹੋ ਜਾਂਦਾ ਇਸ ਸੰਸਾਰ ਦੇ ਵਿੱਚ। ਕੈਸੀ ਰੱਬ ਜੀ ਦੀ ਖੇਡ ਹੈ ਉਸ ਸੰਸਾਰ ਦੇ ਵਿੱਚ ਰੱਬ ਜੀ ਨੇ ਬਣਾਈ। ਇਸ ਕਰਕੇ ਪਿਆਰਿਓ ਬਾਬਾ ਸ਼ੇਖ ਫਰੀਦ ਜੀ ਵੀ ਬਚਨ ਕਰਦੇ, ਫਰੀਦਾ ਖਿੰਖੜ ਰੇਖਾਂ ਅਗਲੀਆਂ,
जेडे आपदे काम दा बड़ा मान करते सी, बड़ा हंकार करते सी, पर उन्हां नूं भी इस संसार दे विचों जाना पै गया, संसार नूं अलविदा कहना पै गया, क्योंकि वारी है रब जी दा हुकम है, हुकम मनना पैगा जीवन दे विच। कोई भी मनुख इस हुकम तो आकी नहीं हो सकता, बाकी नहीं हो सकता। इस करके सानू उस अकाल पुरख जी ने यह शरीर दिता है, यह तन दिता है, ताकि असी इस संसार दे विच आके रब जी दी बंदगी कर सकीए, रब जी दे हुकम दे विच, रब जी दे भाणे दे विच, इस संसार दे विच रह के आपदी जिंदगी बतीत करिए। क्योंकि भाई साहब जी बचन पढ़ते सी, सौ सिख सखा बंधप है भाई। असल दे विच सिख ही वो है, असल दे विच गुरु का सिख ही वो है जिहड़ा भाणे दे विच चलता है। सौ सिख सखा बंधप है भाई, जे मुरके भाणे विच आवे, जिहड़ा गुरु दे भाणे दे विच आपदी जिंदगी बतीत करदा, सच सिख ही वो है। सतगुरु जी कहिंदे सौ सिख सखा बंधप है भाई, जे मुरके भाणे विच आवे, अपने भाणे जो चले भाई। सतगुरु जी कहिंदे जो साडे उत्ते इह घटना वापरी साडे जीवन दे विच, हुण जे असीं भाणा मन्नांगे प्यारिओ, असीं जीवन दे विच सानूं हो सकदा है आने वाले समय के अकाल पुरख साडे जीवन के खुशियां बख्शिश करे, पर जे असी रब जी का भाणा नहीं मन्नांगे जीवन के, फिर सतगुरु जी कहते चोटा खावांगे। सानू यह भाणा मनना पैना जीवन के, भाणा किवें मन्निया जाएगा, क्योंकि साडे साडा सवाल लिखा है कि असी भाणा किवें मन्नीए जीवन के, रब जी का किवें मन्निया जाए। ते सतगुरु जी वचन करदे बाणी दे विच, गंगा गोबिंद गुण रबो, सास सास जप नीत, कहा विसासा देखा, बिल मन कर भो मीत। असल दे विच रब जी दा भाणा मनना है, रब जी दे गुणा नूं जीवन दे विच गाउणा, भाव रब जी दा हुकम सत करके मनना, रब जी दे गुरमत की विचार बाणी की विचार आपके जीवन के रखनी। गंगा गोबिंद गुण रबो, सतगुरु जी कहते बंदिया उस अकाल पुरख के गोबिंद के गुण आपके जीवन के रविया कर। जो रब जी के गुण तू जीवन के गाण लग पाया, तेन भाणा मनण का बल तेरे जीवन के आ जाएगा। हुक्मां दे कोल केवल के केवल कहते एक ही पुत्र होंगे, इकना देकर एक ते वो भी जाए मर वजीदा, कौन साहब आखे इंज नहीं इंज कर। कहते एको पुत हों, कई वाली वह भी चढ़ाई कर जाता है, कहना फिर साहब कौन आखे भी इंज नहीं तू इंज कर, क्योंकि रब न कह ही ना सकते भी रबा तू इंज नहीं इंज करना। सी कहते रब नहीं कह सकते, रब जी को जो मंजूर है ना प्यारे उन्हें करना ही करना है। बाप के जीवन असी कोई उलामा कोई शिकायत रब जी के अगे नहीं आ सकते, क्योंकि असी सारे उन्हें हुक्म के चल रहे हाँ, असी सारे उनके कुकर हाँ, साडे गल के उन्हें हुक्म रूपी जंजीर पाई गई है। साडे गल के हुक्म रूपी जंजीर साडे गल के पाई हुई है अकाल पुरख ने, उस रब जी ने, वह जो जंजीर सानू जिधर भी खिंचेगी सानू जाना ही जाना पैना है। क्योंकि कुत्ता जिहड़ा हुंदा है ना आपदे मालक का गुलाम हुंदा है, मालक का वह मालक जिधर चाहे उन्हूं उधर ले जा सकता है, जिथे जिथे उन्हूं रोटी देगा वह उत्थे बैठ के रोटी खाएगा, जिथे उन्हूं रखना चाहेगा उत्थे रखेगा। इसे तरह असी रब जी के दर के रब जी के घर के कुकर इस संसार के भेजे हुए, ते असी उहदे हुकम दे विच रह के इस संसार दे विच विचरना हुंदा पिया। इस करके बाणी ने सानू वार वार साडे जीवन दे विच सानू इह हुक्मना दित्ता है कि बंदिया आप दे विच आ जाणगे ना रब जी दे गुण,
ਉਦੋਂ ਸਾਡੀ ਅਵਸਥਾ ਜਿਹੜੀ ਹੈ ਉਹ ਦੁੱਖ ਤੇ ਸੁੱਖਾਂ ਤੋਂ ਉੱਪਰ ਉੱਠ ਜਾਏਗੀ। ਸਾਡੇ ਜੀਵਨ 'ਚ ਸਾਨੂੰ ਦੁੱਖ ਤੇ ਸੁੱਖ ਜਿਹੜੇ ਨੇ ਉਹ ਭੋਗ ਨਹੀਂ ਸਕਦੇ, ਸਾਡੇ ਜੀਵਨ 'ਚ ਦੁੱਖ ਤੇ ਸੁੱਖ ਸਾਨੂੰ ਭੋਗ ਨਹੀਂ ਸਕਣਗੇ। ਸੁੱਖਾਂ ਦੇ ਵਿੱਚ ਅਸੀਂ ਜ਼ਿਆਦਾ ਟੱਪਾਂਗੇ ਨਹੀਂ ਅਤੇ ਦੁੱਖਾਂ ਦੇ ਵਿੱਚ ਅਸੀਂ ਰੋਵਾਂਗੇ ਨਹੀਂ ਜਦੋਂ ਬਾਣੀ ਦੀ ਵਿਚਾਰ ਸਾਡੇ ਜੀਵਨ ਦੇ ਵਿੱਚ ਆ ਜਾਏਗੀ। ਹੁਣ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਅਸੀਂ ਜਦੋਂ ਗੱਲ ਕਰਦੇ ਹਾਂ ਪਿਆਰੇ, ਚਮਕੌਰ ਸਾਹਿਬ ਦੀ ਗੜੀ ਦੇ ਵਿੱਚ ਜਦੋਂ ਦੋ ਪੁੱਤਰਾਂ ਦੀਆਂ ਲਾਸ਼ਾਂ ਜੰਗ ਦੇ ਮੈਦਾਨ ਦੇ ਵਿੱਚ ਪਈਆਂ ਨੇ, ਜਦੋਂ ਰਾਤ ਨੂੰ ਚਮਕੌਰ ਸਾਹਿਬ ਦੀ ਗੜੀ ਦੇ ਵਿੱਚੋਂ ਜਾਣ ਲੱਗੇ ਨਾ ਤੇ ਪੁੱਤਰਾਂ ਦੀਆਂ ਲਾਸ਼ਾਂ ਪਈਆਂ ਨੇ ਉੱਥੇ ਜੰਗ ਦੇ ਮੈਦਾਨ ਦੇ ਵਿੱਚ, ਨਾਲ ਭਾਈ ਦਇਆ ਸਿੰਘ ਜੀ ਨੇ ਮਹਿਸੂਸ ਕਰਕੇ ਦੇਖਿਓ, ਮੈਂ ਬੇਨਤੀ ਕਰਦਿਆਂ ਵੀ ਕਿਵੇਂ ਗੁਰੂ ਸਾਹਿਬ ਨੇ ਜੀਵਨ ਦੇ ਵਿੱਚ ਪੁੱਤਰਾਂ ਦੀਆਂ ਲਾਸ਼ਾਂ ਜੰਗ ਦੇ ਮੈਦਾਨ ਦੇ ਵਿੱਚ ਪਈਆਂ ਨੇ। ਭਾਈ ਦਇਆ ਸਿੰਘ ਜੀ ਵੀ ਨਾਲ ਨੇ, ਭਾਈ ਮਾਨ ਸਿੰਘ ਜੀ ਵੀ ਨਾਲ ਨੇ, ਜਦੋਂ ਜਾ ਰਹੇ ਨੇ ਨਾ ਤੇ ਭਾਈ ਦਇਆ ਸਿੰਘ ਜੀ ਮੋਹ ਦੇ ਵਿੱਚ ਆ ਕੇ ਨਾ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਦੀ ਲਾਸ਼ ਦੇ ਕੋਲ ਜਾ ਕੇ ਬੈਠ ਗਏ। ਬਾਬਾ ਅਜੀਤ ਸਿੰਘ ਜੀ ਦੀ ਆਪਦੇ ਪੱਟਾਂ ਦੇ ਉੱਤੇ ਲੋਦ ਰੱਖ ਕੇ, ਬਾਬਾ ਅਜੀਤ ਸਿੰਘ ਜੀ ਦੀ ਲਾਸ਼ ਰੱਖ ਕੇ ਆਪਦੇ ਪੱਟਾਂ ਦੇ ਉੱਤੇ ਬੈਠ ਕੇ ਧਾਹਾਂ ਮਾਰ ਕੇ ਰੋਣ ਲੱਗ ਪਏ ਭਾਈ ਦਇਆ ਸਿੰਘ ਜੀ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਵੀ ਕੋਲੋਂ ਨਹੀਂ ਲੰਘ ਰਹੇ ਨੇ। ਕਿਸੇ ਕਵੀ ਨੇ ਉਸ ਵੇਲੇ ਦਾ ਦ੍ਰਿਸ਼ ਬੜਾ ਪਿਆਰਾ ਖਿੱਚਿਆ, ਉਹ ਕਹਿੰਦਾ ਬੱਦਲਾਂ 'ਚੋਂ ਬਿਜਲੀ ਚਮੱਕੇ ਪਈ ਸੀ ਮਾਰਦੀ, ਕਹਿੰਦੇ ਉਸ ਵੇਲੇ ਆਕਾਸ਼ ਦੇ ਵਿੱਚੋਂ ਵੀ ਬਿਜਲੀ ਚਮੱਕੇ ਮਾਰ ਰਹੀ ਸੀ, ਬੱਦਲਾਂ 'ਚੋਂ ਬਿਜਲੀ ਚਮੱਕੇ ਪਈ ਸੀ ਮਾਰਦੀ, ਹੋਈ ਰੁਸ਼ਨਾਈ ਜਾਂ ਸੁਨਹਿਰੀ ਜਿਹੀ ਪਾਰਦੀ, ਦਇਆ ਸਿੰਘ ਵੱਲ ਨਿਗਾਹ ਪਈ ਜਾਂ ਤਾਰਦੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਦਇਆ ਸਿੰਘ ਜੀ ਵੱਲ ਤੱਕਿਆ ਨਾ, ਦਇਆ ਸਿੰਘ ਵੱਲ ਨਿਗਾਹ ਪਈ ਜਾਂ ਤਾਰਦੀ, ਪੱਟਾਂ ਉੱਤੇ ਲੋਥ ਲੈ ਕੇ ਬੈਠਾ ਸੀ ਜੁਝਾਰ ਦੀ। ਬਾਬਾ ਜੁਝਾਰ ਸਿੰਘ ਜੁਝਾਰ ਨੂੰ ਕਿਉਂ ਪੈਰ ਇੱਥੇ ਸਟਾ ਲਿਆ, ਇੱਕ ਵਾਰੀ ਚੁੱਕ ਕੇ ਕਲੇਜੇ ਕਿਉਂ ਲਾ ਲਿਆ? ਕਹਿੰਦੇ ਬਾਬਾ ਤੂੰ ਆਪਦੇ ਪੁੱਤਾਂ ਨੂੰ ਬਿਨਾਂ ਮਿਲਿਆ ਇਸ ਜੰਗ ਦੇ ਮੈਦਾਨ ਦੇ ਵਿੱਚੋਂ ਜਾ ਰਿਹਾ, ਇੱਕ ਵਾਰੀ ਚੁੱਕ ਕੇ ਇਹਨਾਂ ਬੱਚਿਆਂ ਨੂੰ ਆਪਦੇ ਗਲ ਦੇ ਮੱਥੇ ਕਿਤੇ ਲਾ ਲੈਂਦਾ। ਪਰ ਮੇਰੇ ਪਾਤਸ਼ਾਹ ਜਾਣਦੇ ਸੀ ਜੇ ਆਪਦੇ ਪੁੱਤਾਂ ਨੂੰ ਜੰਗ ਦੇ ਮੈਦਾਨ ਦੇ ਵਿੱਚ ਗਲ ਦੇ ਨਾਲ ਲਾ ਕੇ ਚਲੇ ਜਾਂਦੇ, ਆਉਣ ਵਾਲੇ ਸਮੇਂ ਦੇ ਵਿੱਚ ਇਤਿਹਾਸ ਨੇ ਇਹ ਕਹਿ ਰਿਹਾ ਸੀ ਵੀ ਗੁਰੂ ਗੋਬਿੰਦ ਸਿੰਘ ਨੇ ਆਪਣੇ ਪੁੱਤਰਾਂ ਦੇ ਵਿੱਚ ਤੇ ਦੂਸਰੇ ਪੁੱਤਰਾਂ ਦੇ ਵਿੱਚ ਫਰਕ ਸਮਝ ਲਿਆ ਸੀ ਇਤਿਹਾਸ ਦੇ। ਲੱਗਾ ਹੋਇਆ ਪਾਤਸ਼ਾਹ ਤੂੰ ਪਿੱਛੇ ਕਿਹੜੀ ਗੱਲ ਦੇ, ਕਿਉਂਕਿ ਜਿਹੜੀ ਪੁੱਤ ਦੀ ਪੀੜ ਹੁੰਦੀ ਹੈ ਨਾ ਪਿਆਰੇ, ਉਹ ਪੁੱਤ ਦਾ ਸਾਧ ਜਿਹੜਾ ਹੁੰਦਾ ਜੀਵਨ ਦੇ ਵਿੱਚ ਇਹਨੂੰ ਝੱਲਣਾ ਬੜਾ ਔਖਾ ਹੈ ਭਾਈ, ਇਹ ਸਾਨੂੰ ਮੰਨਣੀ ਪੈਣੀ ਜੀਵਨ ਦੇ ਵਿੱਚ। ਜੇਕਰ ਨਾ ਮੰਨਾਂਗੇ ਜ਼ਿੰਦਗੀ ਤਾਂ ਵੀ ਸਾਡੀ ਨਿਕਲ ਜਾਣੀ ਹੈ, ਹਾਂ ਜੇਕਰ ਮੰਨ ਲਵਾਂਗੇ ਫਿਰ ਵੀ ਹੋ ਸਕਦਾ ਸਾਡੀ ਜ਼ਿੰਦਗੀ ਜਿਹੜੀ ਹੈ ਰੱਬ ਜੀ ਦੇ ਭਾਣੇ ਦੇ ਵਿੱਚ ਚੱਲ ਕੇ ਜੀਵਨ ਦੇ ਵਿੱਚ ਆਨੰਦ ਦੇ ਵਿੱਚ ਆ ਕੇ ਅਸੀਂ ਇਹ ਜ਼ਿੰਦਗੀ ਬਤੀਤ ਕਰ ਸਕੀਏ। ਜਦੋਂ ਰੱਬ ਜੀ ਦੇ ਭਾਣੇ ਦੇ ਵਿੱਚ ਚੱਲਾਂਗੇ ਲੰਘ ਸਾਡੀ ਵੀ ਜਾਣੀ ਹੈ, ਹਰੇਕ ਮਨੁੱਖ ਦੀ ਉਮਰ ਜਿਹੜੀ ਹੈ ਉਹ ਸੰਸਾਰ ਦੇ ਵਿੱਚੋਂ ਲੰਘ ਜਾਂਦੀ ਹੈ, ਪਰ ਜਿਹੜਾ ਰੱਬ ਜੀ ਦੇ ਭਾਣੇ ਦੇ ਵਿੱਚ ਰਹਿ ਕੇ ਉਮਰ ਬਤੀਤ ਕਰਦਾ ਨਾ ਪਿਆਰਿਓ, ਉਹਦੀ ਜ਼ਿੰਦਗੀ ਆਨੰਦਮਈ ਹੋ ਜਾਂਦੀ ਹੈ, ਜੀਵਨ ਦੇ ਵਿੱਚ ਚੈਨ ਆ ਜਾਂਦਾ ਹੈ, ਆਨੰਦ ਆ ਜਾਂਦਾ ਹੈ ਜਿਹਦੇ ਜੀਵਨ ਦੇ ਵਿੱਚ ਗੁਰੂ ਦੇ ਵਚਨ, ਗੁਰੂ ਦਾ ਪ੍ਰੇਮ, ਗੁਰੂ ਦਾ ਪਿਆਰ ਜਿਹਦੇ ਜੀਵਨ 'ਚ ਆ ਜਾਵੇ। ਇਸ ਕਰਕੇ ਅੱਜ ਅਸੀਂ ਸਾਰੀ ਸੰਗਤ ਇਕੱਤਰ ਹੋਏ ਹਾਂ ਪਰਿਵਾਰ ਦੇ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਾਮਲ ਹੋ ਕੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਕੇ ਪਰਿਵਾਰ ਦਾ ਜਿਹੜਾ ਦੁੱਖ ਹੈ ਉਹ ਘਟਾਉਣ ਦਾ ਯਤਨ ਜਿਹੜਾ ਹੈ ਅਸੀਂ ਕੀਤਾ ਹੈ। ਸੋ ਆਓ ਅਸੀਂ ਸਾਰੀ ਸੰਗਤ ਨੇ ਰਲ ਮਿਲ ਕੇ ਇਹ ਅੱਜ ਅਰਦਾਸ ਕਰਨੀ ਹੈ ਵੀ ਸਤਿਗੁਰੂ ਜੀ ਉਹਨਾਂ ਦਾ ਪਿੱਛੇ ਜਿਹੜਾ ਪਰਿਵਾਰ ਹੈ, ਜੋ ਸਕੇ ਸੰਬੰਧੀ ਨੇ, ਵੀਰ ਭਰਾ ਭੈਣ ਭਰਾ ਸਾਰੇ ਜਿਹੜੇ ਨੇ, ਵੀ ਦਾਤਿਆ ਇੱਕ ਕਿਰਪਾ ਕਰੀ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ, ਕਿਉਂਕਿ ਬਲ ਜਿਹੜਾ ਸਾਨੂੰ ਗੁਰੂ ਨੇ ਬਖਸ਼ਣਾ ਹੈ, ਅਕਾਲ ਪੁਰਖ ਜੀ ਨੇ ਬਖਸ਼ਣਾ ਹੈ। ਅਰਦਾਸ ਦੇ ਵਿੱਚ ਬੜੀ ਵੱਡੀ ਤਾਕਤ ਹੈ, ਸੰਗਤ ਦੀ ਅਰਦਾਸ ਜਿਹੜੀ ਕਦੇ ਵਿਅਰਥੀ ਨਹੀਂ ਜਾਂਦੀ, ਸਾਰੀ ਸੰਗਤ ਨੇ ਇਹ ਅਰਦਾਸ ਕਰਨੀ ਹੈ ਕਿ ਦਾਤਿਆ ਹਮ ਆਪ ਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੈ ਵਿਖ ਖਾਈ, ਮਾਇਆ ਵੋ ਭਰਮ ਪੈ ਭੁੱਲੇ, ਸੁਖ ਦਾਰਾ ਸੁਪ੍ਰੀਤ ਲਗਾਈ,
ਇੱਕ ਉਤਮ ਪੰਥ ਸੁਣਿਓ ਗੁਰ ਸੰਗਤ ਤੇ ਮਿਲੰਤ ਜਮ ਤਰਾਸ ਕਟਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰੱਖ ਸ਼ਰਨਾਈ। ਹੇ ਗੁਰੂ ਰਾਮਦਾਸ ਪਾਤਸ਼ਾਹ ਜੀ ਸਾਨੂੰ ਆਪਦੀ ਸ਼ਰਨ ਦੇ ਵਿੱਚ ਰੱਖ ਲਓ, ਸਾਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰੋ। ਇਹ ਅਰਦਾਸ ਅੱਜ ਅਸੀਂ ਸਾਰੀ ਸੰਗਤ ਨੇ ਗੁਰੂ ਚਰਨਾਂ ਦੇ ਵਿੱਚ ਕਰਨੀ ਹੈ, ਗੁਰੂ ਅੱਗੇ ਜੋਗਦੀ ਕਰਨੀ ਹੈ, ਕਿਉਂਕਿ ਬਿਨਤੀ ਕਦੇ ਨਾ ਹੋ ਰਹੀ। ਜਨ ਕੀ ਅਰਦਾਸ ਸਤਸੰਗੀ ਜਨਾਂ ਦੀ ਰੱਬੀ ਪਿਆਰਿਆਂ ਦੀ ਜਿਹੜੀ ਕੀਤੀ ਹੋਈ ਅਰਦਾਸ ਹੈ ਪਿਆਰੇ, ਉਹ ਕਦੇ ਵੀ ਬਿਰਥੀ ਨਹੀਂ ਜਾਂਦੀ। ਅਰਦਾਸ ਕਰਿਓ ਵਿਛੜੀ ਗੁਰੂ ਨੂੰ ਸਾਧੂ ਜੀ ਆਪਣੇ ਚਰਨਾਂ ਦੇ ਵਿੱਚ ਨਿਵਾਸ ਨਾ ਬਖਸ਼ਣ, ਜੀਵਨ ਦੇ ਵਿੱਚ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣ। ਸਤਿਗੁਰੂ ਜੀ ਕਿਰਪਾ ਕਰ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ, ਆਪਣੇ ਚਰਨਾਂ ਦੇ ਨਾਲ ਜੋੜੀ ਰੱਖਣ। ਸੋ ਇਤਨੀਆਂ ਕੋ ਬੇਨਤੀਆਂ ਕਰਦਾ ਹੋਇਆ ਅਰਦਾਸ ਖਿਮਾ ਦਾ ਜਾਚਕ ਹੈ ਜੀ, ਕਥਾ ਵਿਚਾਰਾਂ ਕਰਦੇ ਹਾਂ। ਏਕ ਨੀ ਅਨੇਕਾਂ ਪ੍ਰਕਾਰ ਦੀਆਂ ਬੇਨਤੀ ਭੁੱਲਾਂ ਚੁੱਕਾ ਹੋ ਗਈਆਂ ਨੇ, ਸਤਿਗੁਰੂ ਜੀ ਕਿਰਪਾ ਕਰਨ, ਗੁਰੂ ਚਰਨਾਂ ਦੇ ਵਿੱਚ ਜੋੜੀ ਹੈ, ਗੁਰੂ ਚਰਨਾਂ ਦੇ ਵਿੱਚ ਅਰਦਾਸ ਹੈ। ਸਤਿਗੁਰੂ ਜੀ ਪਰਿਵਾਰ ਨੂੰ ਸਾਰੀ ਸੰਗਤ ਨੂੰ ਸਮੂਹ ਸਕੇ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ, ਹੋਈਆਂ ਤਮਾਮ ਭੁੱਲਾਂ ਦੀ ਖਿਮਾ ਆਓ। ਅਨੰਦ ਸਾਹਿਬ ਦੀ ਬਾਣੀ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ, ਉਸ ਤੋਂ ਉਪਰੰਤ ਅਰਦਾਸ ਹੋਵੇਗੀ। ਸਾਰੀ ਸੰਗਤ ਦਾ ਸਮੂਹ ਸੰਗਤ ਦਾ ਧੰਨਵਾਦ ਜੀ, ਹੋਈਆਂ ਭੁੱਲਾਂ ਦੀ ਖਿਮਾ ਬੁਲਾਓ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਅਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੋ ਕਰੋ ਸੰਤਾ ਕੇ ਉਤਰੇ, ਸੁਣੇ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਦੇ ਪੁਨੀਤ ਤਹਿਤੇ, ਸਤਿਗੁਰ ਰਹਿਆ ਭਰਪੂਰ ਬਿਨਰੰਤਾਈਆ, ਵਚ ਧਰਮ ਅਦੂਰ, ਕਰਮੀ ਆਪੋ ਆਪਣੀ, ਇਨ ਕਿਲ ਦੂਰ, ਜਿਨੇ ਨਾਮ ਤੇਰਾ ਰਹਿ ਸ਼ਬਦ ਪਾਲ, ਨਾਨਕ ਤੇ ਮੁਖ ਉਜਲੇ, ਖੇਤੀ ਸੁਤੇ ਨਾਲ, ਜਿਨੇ ਸ਼ਬਦ ਕਾਲ, ਨਾਨਕ ਤੇ ਮੁਖ ਉਜਲ, ਕੇਤੀ ਸੁਤੇ ਨਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ, ਵਾਹਿਗੁਰੂ ਕਾ ਵਾਹਿਗੁਰੂ ਜੀ ਕੀ ਫਤਿਹ। ਸੇ ਭਗਵਤ ਜੀ ਸਹਾਏ ਵਾਸੀ, ਭਗਵਤ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਾਗਵਤੀ ਸਿਮਰਕੈ ਗੁਰੂ ਨਾਨਕ ਲਈ ਅੰਗਦ ਗੁਰਤੇ ਅਮਰਦਾਸ ਰਾਮਦਾਸਾ ਨੀ ਸਹਾਏ, ਅਰਜਨ ਹਰ ਗੁਰਨਾਉ ਸਿਮਰਾਉ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜਿਸ ਬ੍ਰਿਠੇ ਸਭ ਲੋਕ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉ ਲੇ ਜਾਵੇ, ਤਾਂ ਸਭ ਥਾਂ ਹੀ ਸਹਾਏ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਭ ਥਾਂ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੇ ਜੋ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀ ਦਾਤਾ ਧਿਆਨ ਧਾਰ ਕਰੋ ਜੀ। ਜੋਰਾਵਰ ਸਿੰਘ ਜੀ ਸਾਹਿਬ, ਬਾਬਾ ਫਤਿਹ ਸਿੰਘ ਜੀ, ਚਾਲੀ ਮੁਖ ਤੇ ਹੱਟੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਤੇ ਚਲਾਈ ਤੇ ਗੁਰ ਦੇਖ ਕੇ ਅੰਗਿਠ ਕੀਤਾ, ਤਿਨ੍ਹਾਂ ਪਿਆਰਿਆਂ ਸਚਾਰਿਆਂ ਦੀ ਕਮਾਈ ਕਾ ਧਿਆਨ ਧਾਰ ਬੋਲੋ ਜੀ। ਪੰਜ ਤੱਖ ਪੰਜਵਾਂ ਤੱਖ ਚੌਦਾਂ ਲਹੀਰ, ਛਿਆਨਵੇਂ ਕਰੋੜ ਸ਼੍ਰੋਮਣੀ ਪੰਥਾ ਕਵੀ ਖੁਦਾ ਦਮ ਦੀ ਪਵਿੱਤਰ ਕਮਾਈ ਕਾ ਧਿਆਨ ਧਾਰ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਇਸ ਦਾਨ ਦੇ ਆਮ ਸਭ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੜਦੇ ਹੋਣਗੇ ਜੁਗ ਜੁਗਿਆ ਤਮ, ਧਰਮ ਕਾ ਜੈ ਕਰ ਹੋਵੇ ਸਾਧ ਸੰਗਤ ਬੋਲੋ ਜੀ। ਨਿਵਾਣਿਆਂ ਦੇ ਮਾਨ
ਸਤਿਗੁਰੂ ਨੇ ਤਾਰਿਆਂ ਦੇ ਤਾਂ ਨੇ ਉਹਨਾਂ ਦੀ ਓਖ ਤੇ ਪਾਸੋ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਤਸ਼ਾਹ ਚਰਨਾਂ ਗੁਰਮਾ ਵਿਖੇ ਅਰਦਾਸ ਬੇਨਤੀ ਹੈ ਮਹਾਰਾਜ ਜੋ ਆਪ ਜੀ ਦੇ ਮੁਬਾਰਕਾਂ ਅਨੁਸਾਰ ਰਾਵਣਾ ਰਾਉ ਨਾਮ ਕੋ ਰਹੇ ਰਾਵਣਾ ਤੁਮ ਫਕੀਰ ਵਾਣੀ ਆਪੋ ਆਪਣੀ ਕੋਈ ਨਾ ਬੰਧਾ ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕੁਮਾਹੇ ਘੱਲੇ ਰਾਵੇ ਨਾਨਕਾ ਸਦੇ ਜੈ ਦੇ ਮੁਬਾਰਕਾਂ ਅਨੁਸਾਰ ਭਾਈ ਸਾਹਿਬ ਭਾਈ ਕਰਮਪਾਲ ਸਿੰਘ ਜੀ ਜਿੰਨੀ ਕੁ ਸਵਾਸਾਂ ਦੀ ਪੂੰਜੀ ਸਤਿਗੁਰ ਬਖਸ਼ਿਸ਼ ਕੀਤੀ ਸੀ ਹੁਣ ਭੋਗਦੇ ਹੋਏ ਆਪ ਜੀ ਦੇ ਸਭੇ ਉੱਪਰ ਪਰਲੋਕ ਸਧਾਰਨੀ ਮਹਾਰਾਜ ਜੀਵ ਦੇ ਭਲੇ ਵਾਸਤੇ ਰੂਹ ਦੀ ਸ਼ਾਂਤੀ ਵਾਸਤੇ ਪਿੱਛੇ ਗੁਰਮੁਖ ਪਰਿਵਾਰ ਸਰਦਾਰ ਸਾਹਿਬ ਸਰਦਾਰ ਦਰਸ਼ਨ ਸਿੰਘ ਜੀ ਸਰਦਾਰ ਸੁਰਜੀਤ ਸਿੰਘ ਜੀ ਸਰਪੰਚ ਸਾਹਿਬ ਤੇ ਪਾਤਸ਼ਾਹ ਸਾਰਾ ਪਰਿਵਾਰ ਮਿਲ ਕਰਕੇ ਜੇ ਪਾਤਸ਼ਾਹ ਹੋ ਆਪਣੇ ਗ੍ਰਹਿ ਵਿਖੇ ਜੇ ਪਾਤਸ਼ਾਹ ਹੋ ਸਹਿਜ ਪਾਠ ਖੁੱਲ੍ਹੇ ਪਾਠਾਂ ਦੇ ਭੋਗ ਤੋਂ ਗੁਰਬਾਣੀ ਪੜ੍ਹਦੇ ਹਾਂ ਕਥਾ ਵਿਚਾਰਾਂ ਕਰਦੇ ਹਾਂ ਤੁਹਾਨੂੰ ਮਹਾਰਾਜ ਜੀ ਵਾਸਤੇ ਸੋ ਦਰਸ਼ਨ ਜੇ ਪਾਤਸ਼ਾਹ ਹੋ ਆਈ ਸਾਧ ਸੰਗਤ ਦੀ ਭਾਰੀ ਦਰਦੇ ਪ੍ਰਵਾਨ ਕਰੋ ਸਵਾਦ ਸੰਗਤ ਨੂੰ ਨਾਮ ਦੀ ਦਾਤ ਗੁਰਸਿੱਖੀ ਜੀਵਨ ਵਿਛੜੀ ਹੋਈ ਰੋ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ ਪਿਛਲੇ ਪਰਿਵਾਰ ਨੂੰ ਭਾਣਾ ਮੰਨਣ ਦੇ ਪਰਮਾਰ ਸਿੱਖ ਪਰਿਵਾਰ ਵੱਲੋਂ ਪਵਿੱਤਰ ਕੜਾ ਪ੍ਰਸ਼ਾਦੀ ਦੇ ਖਾਣਾ ਜੀ ਦੀ ਰਸਮ ਲਾਇਕ ਲਾਇਕ ਹੋਇਆ ਪ੍ਰਸ਼ਾਦ ਤੇਰੀ ਸਾਧ ਸੰਗਤ ਕੋ ਮਿਲੇ ਸੁਣ
सुख मांगे जय कीर्तन तेरा साधु गावे तह मेरा मन लागे वाहिगुरु जी का खालसा सब तो पहला बड़े तो सरकार का फतेह जी करता वाहिगुरु जी का खालसा वाहिगुरु जी की फतेह। कोई कहने को शब्द नहीं। उन्होंने पोते करमपाल सिंह और उन्होंने पिता सरदार सरजीत सिंह जी गिल साहब जिन्हों का सपुत्र सी जो बापू तारा सिंह जी का होने वाला पोतरा सी जो कि चढ़ती उम्र में जो अजे फुल खिड़िया सी पर जो खुशबू देने की समा आया तो फुल सदा ही सब विछड़ गया। कोई अही हक नहीं कोई अहरा मैं समझना इलाके की शख्सियत नहीं जिसकी अग नम ना हुई हो जो पिछले परिवार को माता जी और भैन जी जाना सरदार दर्शन सिंह जी जलसा होना समुचे गिल परिवार को जिते उन्हें जान में बहुत वाला घाटा पे उत्थे मैं समझना कि कुछ रूहां कुछ नौजवान कुछ शख्सियत इस दुनिया से इस वास्ते आ मैं समझना उन्होंने जान में जितने इलाके जो मैं समझदा करमपाल के जान नाल हिंदुस्तान का वो वड्डी खिडारी जो कि हिंदुस्तान की शान दे लई बाहरले देशां च खेडिया जिथे अपने परिवार का नाम रोशन किया उत्थे उसने अपने दादा दादी नूं उहदा नाम रोशन किया उत्थे अपने चंडा क्लब पिंड का नाम रोशन किया उत्थे पंजाब ही नहीं मैं समझदा हिंदुस्तान का नाम रोशन किया। पर सियाने कहिंदे ने कि दुनिया के हर सोहनी चीज की जी उम्मीद जी म्याद है बहुत घट पैदा कर रही। मैं समझा मेरे नगर के कबड्डी के अतूत आ रहा बयान नहीं हो रहे कि स्वर्गीय बलविंदर सिंह जी बिंदी और उन्होंने बाद आप सारे जानते हैं कि वर्ल्ड स्टार हरजीत सिंह जी बाजा खाना जो बाल उम्र के गए और उस तो बाद मैं समझा करमपाल सिंह जो साढ़े नगर का वो हीरा साढ़े तो विछड़िया जिसके जान न मैं समझना हर मां का हर भैन का हर वीर का हर दोस्त का हर मित्र का हर रिश्तेदार का हिल का बदून रह गया जिद मैं समझना कि जही इलाके ही नहीं पूरे ही पंजाब के जही नम अख नहीं जी नम न हुई हो बड़ी बहरे देशों को फोन आए वीर ने कि साडा वीर अचानक जिसका चिर चेता नहीं सी वह आके साढ़े तो जल्दी जल्दी विछड़ गया और अच जिते दास अपने वालों अपने पिता जी वालों इस नगर के मुख्य सेवादार होने के नाते जिन्हिया भी संगत कदम कदम चल के तुसी रिश्तेदार दोस्त मित्र सके संबंधी सरदार सरजीत सिंह जी गिल साहब सरपंच साहब के परिवार का दुख साझा करना आए हो सब का दिल दिया गहराइया तो कोटन कोट धनवाद करते हैं तो कोटान कोटान शुकराना करते हैं गुरु महाराज धन धन साहब श्री गुरु ग्रंथ साहब जी महाराज जी का जिन्हों ने वो टासरे सदका जिते परिवार को प्रवास मिलना है। तो सियाने कहते हैं जो आप किसी दुशियों में शरीक होंगे तो उस खुशियों में दुगना वाधा होया करता है। उस तरह आप जो दुख की घड़ी के आके उस परिवार का शरीक होंगे तो दुख कट होंगे दुख वंडाए जाते हैं जिस नाल परिवार को भाणा मनना सौखा हो जाता है। मैं समझना जिते भाणे मन की जाँच सिंह साहबान साहे हजूरी सिंह रागी सिंह साहबान ने दसी है सिंह साहबान बाबा नछत्र सिंह ने दसिया है जीवन जाँच किमें जानी है। उस तरह ज्ञानी सिंह साहब भाई शमशेर सिंह जी उन्होंने बड़े विस्तार न गुरु साहब के जीवन बारे और किमें आप भाणा मनना है। मैं समझदा अज जो भाणा मन दो माँ ਨੂੰ ਪੁੱਛਣ ਦਾਦੀ ਮਾਤਾ ਜਾਂ ਪਿਤਾ ਔਰ ਮਾਤਾ ਦੇ ਹੁੰਦਿਆਂ ਨੌਜਵਾਨ ਬੱਚੇ ਦੀ ਅਰਜ਼ੀ ਨੂੰ ਮੋਢਾ ਦੇਣਾ ਪੈ ਜਾਵੇ ਕਿ ਉਹ ਪਰਿਵਾਰ ਉਹ ਦਾਦੀ ਮਾਂ ਉਹ ਭੈਣ ਜੀ ਹਰੀ ਉਹ ਮਾਤਾ ਜਾਂ ਪਿਤਾ ਹੀ ਜਾਣ ਸਕਦੇ ਨੇ। ਪਰੰਤੂ ਫਿਰ ਵੀ ਆਪਾਂ ਅੱਜ ਇਤਿਹਾਸ ਆਪਾਂ ਨੂੰ ਦੱਸਦਾ ਕਿ ਪੜ੍ਹੀਏ ਮਹਿਸੂਸ ਕਰੀਏ ਉਹ ਮਾਤੀਆਂ ਰਾਤਾਂ ਮਾਤਾ ਗੁਜ਼ਰ ਕੌਰ ਦਾ ਉਹ ਜੀਵਨ ਜਿਨ੍ਹਾਂ ਨੇ ਕਿ ਹੱਥੀਂ ਆਪਣੇ 9 ਸਾਲ 7 ਸਾਲ ਦੇ ਪੌਦਿਆਂ ਨੂੰ ਤਿਆਰ ਕਰਕੇ ਆਪ ਸ਼ਹੀਦੀਆਂ ਪਾਉਣ ਵਾਸਤੇ ਭੇਜਿਆ ਇਹੋ ਜਿਹੇ ਇਤਿਹਾਸ ਮੋਤੀ ਲਾਲ ਮਹਿਰਾ ਵਰਗੇ ਜਿਨ੍ਹਾਂ ਦੇ ਬੱਚਿਆਂ ਸਮੇਤ ਕੋਲਮਾਂ ਵਿੱਚ ਪੀੜੇ ਗਏ ਇਹੋ ਜਿਹੇ ਇਤਿਹਾਸ
ਜੋ ਆਪਾਂ ਨੂੰ ਦੱਸਦੇ ਨੇ ਕਿ ਆਪਾਂ ਕਿਵੇਂ ਪਾਣਾ ਮੰਨਣਾ। ਸੋ ਉਸੇ ਤਰ੍ਹਾਂ ਗੁਰੂ ਮਹਾਰਾਜ ਦਾ ਪਾਣਾ ਜਿਹੜਾ ਇਹ ਤਾਂ ਹੀ ਮੰਨਿਆ ਜਾ ਸਕਦਾ ਜੇ ਇਹਦਾ ਹੁਕਮ ਹੋਵੇ, ਜੇ ਇਹ ਮਨਾਵੇ ਤਾਂ ਇਸ ਦੇ ਅੱਗੇ ਅਰਦਾਸ ਬੇਨਤੀ ਵੀ ਕੀਤੀ ਜਾ ਸਕਦੀ ਹੈ ਕਿ ਹੇ ਵਾਹਿਗੁਰੂ, ਹੇ ਪਰਮਾਤਮਾ, ਅਜਿਹੀ ਘਟਨਾ ਮੈਂ ਸਮਝਦਾ ਕਿਸੇ ਵੀ ਘਰ ਵਿੱਚ, ਕਿਸੇ ਵੀ ਪਰਿਵਾਰ ਵਿੱਚ ਕਿਸੇ ਮਾਂ ਦਾ ਪੁੱਤ ਨਾ ਜਾਵੇ, ਕਿਸੇ ਭੈਣ ਦਾ ਵੀਰ ਨਾ ਜਾਵੇ, ਕਿਸੇ ਪਿਤਾ ਦਾ ਨੌਜਵਾਨ ਪੁੱਤ ਨਾ ਜਾਵੇ। ਭਾਵੇਂ ਕਿ ਸਮੇਂ ਨਾਲ ਹਰ ਬੰਦਾ ਜਾਂਦਾ ਹੈ ਤਾਂ ਦੁੱਖ ਉਸ ਚੀਜ਼ ਦਾ ਵੀ ਹੁੰਦਾ, ਪਰ ਜਦੋਂ ਅਜਿਹੀਆਂ ਸਿੱਖਾਂ ਮਾਤਾ ਪਿਤਾ ਨੂੰ ਲੱਗਦੀਆਂ ਨੇ, ਮੈਂ ਸਮਝਦਾ ਕਿ ਸਾਰੀ ਉਮਰ ਵਾਸਤੇ ਸੀਨੇ ਦੇ ਵਿੱਚ ਸਭ ਦੀ ਤਰ੍ਹਾਂ ਪੁੱਜ ਜਾਇਆ ਕਰਦੀਆਂ ਨੇ। ਸੋ ਗੁਰੂ ਮਹਾਰਾਜ ਬਖਸ਼ਿਸ਼ ਕਰੇ ਕਿ ਸਮੁੱਚੇ ਪਰਿਵਾਰ ਨੂੰ ਮਾਣਾ ਮੰਨਣ ਦਾ ਬਲ ਬਖਸ਼ੇ। ਉੱਥੇ ਸਾਡੇ ਛੋਟੇ ਵੀਰ ਸ਼ਮਸ਼ੇਰ ਸਿੰਘ ਜੀ ਸ਼ੇਰਾ, ਉਹਨਾਂ ਵੱਲੋਂ ਵੀ ਸਮੁੱਚੇ ਯੋਗ ਦਾ ਬਹੁਤ ਬਹੁਤ ਧੰਨਵਾਦ। ਹੁਣ ਬੜੀਆਂ ਹੀ ਸਨਮਾਨ ਸ਼ਖਸੀਅਤਾਂ, ਜਿੰਨੀਆਂ ਵੀ ਸੰਗਤਾਂ ਤੁਸੀਂ ਚੱਲ ਕੇ ਆਏ ਹੋ, ਸਾਰਿਆਂ ਦੇ ਮੈਂ ਨਾਮ ਨਹੀਂ ਲੈ ਸਕਦਾ, ਕਦਮ ਕਦਮ ਚੱਲ ਕੇ ਆਏ ਹੋ, ਸਭ ਦਾ ਸਿਰ ਝੁਕਾ ਕੇ ਦਿਲ ਦੀਆਂ ਗਹਿਰਾਈਆਂ ਤੋਂ ਸਮੁੱਚੇ ਗਿੱਲ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ। ਔਰ ਉਹਨਾਂ ਤੋਂ ਅਸੀਂ ਮਾਫ਼ੀ ਚਾਹੁੰਦੇ ਹਾਂ ਜੋ ਪ੍ਰੋਫੈਸਰ ਰਵੀਰ ਸਿੰਘ ਜੀ ਔਰ ਸਾਡੇ ਜੋ ਮੈਂ ਸਮਝਦਾ ਦਾਸ ਵੀ ਬੜੀ ਦੇ ਵਿੱਚ ਪਹਿਲਾਂ ਮੈਚ ਖੇਡਦੇ ਰਹੇ, ਸਾਡੇ ਉਸਤਾਦਾਂ ਦੀ ਦੁਨੀਆ ਵਿੱਚੋਂ ਪਿਤਾ ਸਮਾਨ ਸਰਦਾਰ ਸਚੈਨ ਸਿੰਘ ਜੀ ਭੁੱਲਰ ਸਾਹਿਬ, ਉਹ ਵੀ ਆਏ ਨੇ, ਉਹਨਾਂ ਤੋਂ ਵੀ ਅਸੀਂ ਮਾਫ਼ੀ ਚਾਹੁੰਦੇ ਹਾਂ। ਉਹ ਮੇਰੇ ਵੀਰ ਕਰਮਪਾਲ ਜੀ ਦਾ ਉਸਤਾਦ ਬਲਜੀਤ ਬੱਲੀ ਜੀ, ਉਹ ਵੀ ਇੱਥੇ ਪਹੁੰਚੇ ਨੇ, ਸਭ ਦਾ ਅਸੀਂ ਉਹਨਾਂ ਤੋਂ ਜਿੱਥੇ ਮਾਫ਼ੀ ਚਾਹੁੰਦੇ ਹਾਂ ਉੱਥੇ ਉਹਨਾਂ ਦਾ ਇੱਥੇ ਪਹੁੰਚਣ ਦੇ ਧੰਨਵਾਦ ਵੀ ਕਰਦੇ ਹਾਂ। ਸੋ ਮੈਂ ਮਾਫ਼ੀ ਚਾਹੁੰਦਾ ਸਾਡੇ ਛੋਟੇ ਵੀਰ ਯੂਥ ਅਕਾਲੀ ਦਲ ਦੇ ਜੋ ਸਾਡੇ ਪ੍ਰਧਾਨ ਨੇ ਜਗਪਾਲ ਸਿੰਘ ਜੀ ਖਹਿਰਾ ਚੁਨੀਰ, ਮੈਂ ਮਾਫ਼ੀ ਚਾਹੁੰਦਾ ਸਰਦਾਰ ਗੁਰਸੇਵਕ ਸਿੰਘ ਜੀ ਚੁਨੀਰ ਤੋਂ, ਮੈਂ ਮਾਫ਼ੀ ਚਾਹੁੰਦਾ ਸਾਡੇ ਐਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਪ੍ਰੇਮ ਕਰਨ ਕੁਮਾਰ ਜੀ ਖਟੀਕ ਸਾਹਿਬ ਤੋਂ, ਮੈਂ ਮਾਫ਼ੀ ਚਾਹੁੰਦਾ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸਰਦਾਰ ਸੁਖਵਿੰਦਰ ਸਿੰਘ ਜੀ ਡਾਂਡਾ ਤੋਂ, ਔਰ ਮੈਂ ਬੜੇ ਹੀ ਸਤਿਕਾਰ ਸਹਿਤ ਦੋ ਤਿੰਨ ਬੁਲਾਰਿਆਂ ਨੂੰ ਬੁਲਾਉਣਾ ਹੈ। ਸੋ ਮੈਂ ਬੇਨਤੀ ਕਰਾਂ ਸਮੁੱਚੇ ਬੁਲਾਰਿਆਂ ਦੇ ਚਰਨਾਂ ਵਿੱਚ ਵੀ ਕਿ ਦੋ ਦੋ ਮਿੰਟ ਜਿਹੜੇ ਸ਼ਬਦਾਂ ਦੇ ਫੁੱਲ ਭੇਟ ਕਰਨ। ਸੋ ਮੈਂ ਸਭ ਤੋਂ ਪਹਿਲਾਂ ਬੜੇ ਹੀ ਸਤਿਕਾਰ ਸਹਿਤ ਬੇਨਤੀ ਕਰਾਂ ਮੇਰੀ ਲੰਗਰ ਦੇ ਬਹੁਤ ਹੀ ਸਤਿਕਾਰਯੋਗ ਸਰਦਾਰ ਪ੍ਰੀਤਮ ਸਿੰਘ ਜੀ ਗਿੱਲ ਸਾਹਿਬ, ਉਹ ਆਉਣ ਅਤੇ ਉਹ ਸਾਡੇ ਛੋਟੇ ਕਾਕੇ ਕਰਮ ਉਹਨਾਂ ਦੀ ਅੰਤਮ ਉਦਾਸ ਵਿੱਚ ਆਉਣ, ਸਤਿਗੁਰਾਂ ਦੀ ਹਜ਼ੂਰੀ ਵਿੱਚ ਬੈਠੀ ਹੋਈ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੰਨਣ ਖਾਏ ਮੰਨੇ ਮਿਆਏ, ਗੁਰਮਤਿ ਅਨੁਸਾਰ ਜਦੋਂ ਜੀਵ ਸੰਸਾਰ ਵਿੱਚ ਆਉਂਦਾ ਹੈ ਤਾਂ ਮੌਤ ਦਾ ਪਰਵਾਨਾ ਆਪਣੇ ਮੱਥੇ ਉੱਤੇ ਲਿਖਵਾ ਕੇ ਆਉਂਦਾ ਹੈ, ਭਾਵ ਜਨਮ ਵੇਲੇ ਹੀ ਮੌਤ ਨਿਸ਼ਚਿਤ ਹੋ ਜਾਂਦੀ ਹੈ। ਮੌਤ ਇੱਕ ਅਟਲ ਸਚਾਈ ਹੈ, ਇਸ ਤੋਂ ਨਾ ਕੋਈ ਬਚ ਸਕਿਆ ਹੈ ਅਤੇ ਨਾ ਹੀ ਕਿਸੇ ਨੂੰ ਟਾਲ ਸਕਿਆ ਹੈ। ਇਸ ਦੁਨੀਆਂ ਵਿੱਚ ਬਹੁਤ ਵੱਡੇ ਵੱਡੇ ਤੀਰਥ ਕੰਬਰ ਰਿਸ਼ੀ ਮੁਨੀ ਔਲੀਏ ਸੂਰਬੀਰ ਯੋਧੇ ਆਏ ਅਤੇ ਚੜੇ ਗਏ, ਜੋ ਮਹਾਰਾਜ ਸੁਖਚੰਦ ਸਿੰਘ ਸਭ ਕੋਈ ਆਈ ਬਾਰੀ ਹੈ। ਗੁਰਬਾਣੀ ਦੇ ਸਮਾਹਵਾਦ ਅਨੁਸਾਰ ਇੱਥੇ ਕੋਈ ਵੀ ਕੀਰਤ ਕਰਾਉਣਾ ਨਹੀਂ, ਕੀਰਤ ਇੱਥੇ ਕੰਧੀ ਉੱਤੇ ਉੱਖੜਾ ਸਮਾਨ ਹੈ। ਪਤਾ ਨਹੀਂ ਕਿਹੜੇ ਵੇਲੇ ਅਚਿੰਤੇ ਬਾਅਦ ਆ ਪੈਦੇ ਹਨ, ਮੌਤ ਬਾਲ ਬਚਪਨ ਜਵਾਨੀ ਜਾਂ ਬੁਢਾਪਾ ਨਹੀਂ ਵੇਖਦੀ ਅਤੇ ਨਾ ਹੀ ਕੋਈ ਗਿਆਨੀ ਧਿਆਨੀ ਸਿਆਣਿਆਂ ਦਾ ਤਾਕਤ ਇਸ ਤੋਂ ਬਚ ਸਕਦਾ ਹੈ। ਕਰਤੇ ਦੀ ਲੀਲਾ ਹੀ ਕੁਛ ਐਸੀ ਹੈ, ਇਹ ਉਸ ਪਰਮਾਤਮਾ ਦਾ ਹੁਕਮ ਹੈ, ਉਸਦੇ ਹੁਕਮ ਮੁਤਾਬਕ ਪਿਛਲੇ ਘੰਟੇ ਹੋਏ ਕਾਕਾ ਜੀ ਵਿਛੋੜਾ ਨਹੀਂ ਹੈ। ਇਹ ਜੋ ਵਿਛੋੜਾ ਹੈ ਬਹੁਤ ਦੁਖਦਾਈ ਹੈ, ਜਿਸ ਤਰ੍ਹਾਂ ਪਾਣੀ ਪਿੱਛੇ ਇਕੱਠੇ ਹੋ ਕੇ ਚੱਲਦਾ ਹੈ, ਚੱਲਦਿਆਂ ਚੱਲਦਿਆਂ ਨੀਵੀਆਂ ਥਾਵਾਂ ਨੂੰ ਇੱਧਰ ਉੱਧਰ ਖਿੰਡ ਜਾਂਦਾ ਹੈ ਅਤੇ ਫਿਰ ਉਸਦਾ ਆਪਸ ਵਿੱਚ ਮੇਲ ਨਹੀਂ ਹੁੰਦਾ। ਇਸੇ ਤਰ੍ਹਾਂ ਹੀ ਆਪਣਾ ਅਤੇ ਕਾਕਾ ਜੀ ਦਾ ਸਦੋ ਰੂਪ ਮੇਲ ਨਹੀਂ ਹੋਵੇਗਾ, ਅੱਜ ਤੋਂ ਨਾ ਬਦਲ ਜਾਏਗਾ, ਨਾ ਲੈ ਕੇ ਦਰਸ਼ਨ ਵਾਸੀ ਸ਼ਬਦ ਲੱਗ ਜਾਏਗਾ। ਅਕਾਲ ਪੁਰਖ ਦੀ ਰਜ਼ਾ ਇਸ ਪਾਵਨ ਪਵਿੱਤਰ ਦਰਬਾਰ ਵਿੱਚ ਕਾਕਾ ਕਰਮਪਾਲ ਸਿੰਘ ਦੇ ਭੋਗ ਸਮਾਗਮ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਸਤਿਕਾਰ ਤੇ ਸਨਮਾਨਯੋਗ ਉਪਸਥਿਤ ਸੰਗਤ ਦੇ ਰੂਪ ਵਿੱਚ ਸਾਖ ਸੰਬੰਧੀ ਰਿਸ਼ਤੇਦਾਰ, ਭੈਣ ਭਰਾ, ਮਿੱਤਰ, ਦੋਸਤ, ਬੜੀ ਲੰਬੀ ਕਤਾਰ ਹੈ ਕਰਮਪਾਲ ਦੇ ਚਾਹੁਣ ਵਾਲਿਆਂ ਦੀ। ਤੁਹਾਡੇ ਇਸ ਇਲਾਕੇ ਦੀ ਉਹ ਸ਼ਾਨ ਜਿਹੜੀ ਅਚਨਚੇਤ ਅਚਾਨਕ
उस अकाल पुरख का पाणा वरत्या और उस देवी विछोड़ा दे गए। उन्हें आप जी इस मंच तो पावन पवित्र गुरबाणी के कीर्तन द्वारा उपरंत भाई साहब जी वालों कथा विख्यान द्वारा इस पाने को मनन के वास्ते गुरु इतिहास नाल जोड़न का भी यतन किया, आप जी और गुरबाणी नाल जोड़न का भी यतन किया। शहीदां दे सरदार साहिब श्री गुरु अर्जन देव पातशाह ने कृपा की साडे कलयुगी जीवां दे आधार दे वास्ते ये पावन पवित्र गुरबाणी की वो देन दित्ती जिहड़ी गुरबाणी सार कदम के उत्ते जगियासु की अगवाई करती है और करती रहेगी। गुरु साहिबां का फरमान है जो ये गिल परिवार नाल घटना वापरी, जो ये पाणा सदमा सहन का संताक्त उस पातशाह वालों मिलनी है, सतगुरु जी का फरमान है कि ये किसी कीती हुई इंसान की नहीं हुई। जे किसी इंसान की कीती हुई हो सारे साख संबंधी रल के उस मसले नजिठण वास्ते तैयार होंगे हैं, किसी मनुख की कीती हुई हो, लेकिन ये किसी मनुख की कीती नहीं हुई। सानू भाने के रहन की यही सिक्ख्या साढ़े सतगुरु साहबाना ने दिती कि गुरबाणी का पावन पवित्र फरमान के छिनमै राव रंग को कर रही राव रंग कर डाले रीते परे परे सिखनावे या ताको विवहारे। कहते परमेश्वर यही करता हो श्री करता यही करनी दसी है परमेश्वर की, परमेश्वर की करनी का वो वार जो इस गिल परिवार नाल वापरिया। हमने जिक्र किया गया सी पाने का, पर मैं दुनियावी तौर पर समझना बहुत उच्चा सुचा जीवन उन्होंने लोगों का होंगे जो इस गुरबाणी अनुसार अपना जीवन बसा करते हैं। दुनियावी तौर पर मैं महसूस करना कि जिस तरह लग गया सोई जाना है अवर के जाना पीर पराई, जिस उस साड़ी छोटी जी बच्ची दे अजे जीवन के कुछ कदम ही तय किए सन उसके सिर तो अपने पति का साया उठ गया और वो पिता सरदार सुरजीत सिंह जी सबका सरपंच जिन्होंने उस होनहार पुत्र का विछोड़ा जिन्होंने आया है, जिन्ना जिन्ना सत्संग जी सा रिश्ता नाका साख संबंधी जिन्ना सा लगाओ है उन्ना उन्ना दुख जरूर हर इंसान को महसूस होया। इलाके का यह धर्मां इकट्ठ इस गल की गवाही भरता है कि उसका किन्ना थान से सत्कार होया इंटरनेशनल कबड्डी खिलाड़ी होने के नाते सरदार सुरजीत सिंह की अपनी इस इलाके हो इस गल को दर्शाती है कि यह परिवार जो एक इस इलाके की नामवर शख्सियत के तौर पर जाने जाता है इसमें यह सदमा पहुंचे है। सतगुरु जी कृपा कर हमने इस मंच को अरदास की आप सब ने एक मन एक चित हो गए परिवार को और साख संबंधी रिश्तेदार भाणा मन का बल बख्शे और उस परमेश्वर की कीती हुई किसी मनुख की कीती हुई नहीं, जिस तरह मैं पहला जिक्र किया उस परमेश्वर की कीती हुई इस करनी सानू सहन करने का बल बुद्धि ते उद्दम बख्शे। मैं इन्हां गुलाबियां दे नाल नामधारी दरबार श्री भैणी साहब वालों उन्होंने गद्दी छीन श्री सतगुरु उदय सिंह के दरबार वालों उस विछड़ी हुई जीवात्मा अपने वालों निजी तौर पर परिवार वालों श्रद्धा सुन भेंट करता हुआ सबना तो सेवा का जश पवाना। बहुत बहुत धन्यवाद सत श्री अकाल। ਕਰਕੇ ਗਏ ਸੋ ਮੈਂ ਮਾਫ਼ੀ ਚਾਹੁੰਦਾ ਪ੍ਰੋਫੈਸਰ ਜੀਵਨ ਦਾਸ ਜੀ ਬਾਵਾ ਸਾਹਿਬ ਜੋ ਵੀ ਪਰਿਵਾਰਾਂ ਨੂੰ ਸਾਂਝਾ ਕਰਕੇ ਗਏ ਉਸੇ ਤਰ੍ਹਾਂ ਸਾਡੇ ਹਲਕੇ ਦੇ ਸਾਬਕਾ ਵਿਧਾਇਕ ਸਰਦਾਰ ਅਜੀਤ ਸਿੰਘ ਜੀ ਮੌਫਤ ਉਹ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਕੇ ਗਏ ਉਹਨਾਂ ਦਾ ਵੀ ਧੰਨਵਾਦ। ਪਰ ਉੱਥੇ ਹੀ ਸਾਡੇ ਹਲਕੇ ਦੇ ਮੌਜੂਦਾ MLA ਸਾਡੇ ਵੱਡੇ ਵੀਰ ਸਰਦਾਰ ਦਰਬਾਰ ਸਿੰਘ ਜੀ ਮੁੰਦਰ ਸਾਹਿਬ ਉਹ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਕੇ ਗਏ ਸੋ ਉਹਨਾਂ ਦਾ ਵੀ ਧੰਨਵਾਦ। ਔਰ ਮੈਂ ਵਿਸ਼ੇਸ਼ ਤੌਰ 'ਤੇ ਧੰਨਵਾਦੀ ਹਾਂ ਸਾਡੇ ਇਲਾਕੇ ਦੀ ਮੈਂ ਸਮਝਦਾ ਹਿੰਦੁਸਤਾਨ ਦੇ ਦਰਬਾਰੀ ਸਿਆਸਤਦਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਵੀਰ ਪ੍ਰਧਾਨ ਸਰਦਾਰ ਗੁਰਵਿੰਦਰ ਸਿੰਘ ਜੀ ਮੁੰਦਰ ਸਾਹਿਬ ਉਹ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਗਏ ਸੋ ਉਹਨਾਂ ਦਾ ਵੀ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ। ਹੋਰ ਮੈਂ ਬਹੁਤ ਹੀ ਸਤਿਕਾਰ ਸਤਿ ਬੇਨਤੀ ਕਰਾਂ ਕਾਂਗਰਸ ਪਾਰਟੀ ਵੱਲੋਂ ਸਰਦਾਰ ਗੋਰ ਸਿੰਘ ਜੀ ਕਹਾਂ ਉਹ ਆਉਣ ਅਤੇ ਉਹ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨਗੇ। ਉਸ ਤੋਂ ਪਹਿਲਾਂ ਮੈਂ ਬੜੇ ਹੀ ਸਤਿਕਾਰ ਸਹਿਤ ਮਾਫ਼ੀ ਚਾਹੁੰਦਾ ਜੋ ਮੈਂ ਸਮਝਦਾ ਪੰਜਾਬ ਹਰਿਆਣੇ ਤੋਂ ਆ ਕੇ ਦੁੱਖ ਸਾਂਝਾ ਕਰਕੇ ਕਰਕੇ ਗਏ ਹਰਿਆਣੇ ਤੋਂ ਸਰਦਾਰ ਅਮਰ ਸਿੰਘ ਜੀ ਗਿਰਵਾ ਸਾਹਿਬ ਔਰ ਮੈਂ ਮਾਫ਼ੀ ਚਾਹੁੰਦਾ ਸਾਡੇ ਅਜੇ ਕੁਮਾਰ ਜੀ ਟਾਈਮ ਸੀ ਔਰ ਸਾਡੇ ਮੇਰੇ ਵੱਡੇ ਵੀਰ
नगर कौंसल के प्रधान जितेंद्र कुमार जी बावी जैन सो भी परिवार उन्होंने इसकी इतने माफी चाहते हैं। सो जो सज्जन सीसरिया जो कोई साहेब से होंगे कोई शब्द नहीं सुधरे कि शब्दों के नाल सा उस बेटे करण श्रद्धांजलि के फुल भेट करा। प्रोफेसर प्रीतम सिंह लिखते हैं एक बनिश बनक्शे का फुल आप बनक्शा कह दें बंसफे का फुल उन्होंने एक कविता लिखी है कि बनक्शे का फुल जिते मिलता है या खुशबुआ जीवन चार छपे चलिया जाए तो नेड़े तेरे का जो वातावरण है वह सारा सुगंधित हो जाता है। उस तरह मेरे करमवीर के जान नाल जिते घाटा पिया कदे परिवार को नहीं पिया। प्रोफेसर साहब लिखते हैं कि बच्चे के फुल बारे कहना मेरी छुपे रहन की चाह ते छुप तुर जान की आह पूरी होंगी ना मैं तरले डरेगा। जेडे नक्शे के फुल वर्गे इंसान इस दुनिया पर आते हैं वो अपनी जी खुशबू इस दुनिया से छड़ के जाते हैं वो किसी को भुले नहीं रह सकते। मैं बचपन को इनके नाल क्योंकि परिवार के नाल सरदार तार सिंह होना सा एक ही घर वर्गी घर से रिश्तेदारी भी है सरदार सुरजीत सिंह के घर सा भांजी है। मैं इस घर जिनी निम्रता जिन्ना रब तो डर के चलन का जिन्ना वे भय को मनण का इस परिवार के मैं गुण वेख्या ये दुरले जिया के दुरले परिवार हों। मैं याद है सरदार सुरजीत सिंह जो सरपंच होंगे ये बेटा जो किसी ने पूछ लेना मेरा काम सी मेरा काम करवा दो तो बेटे का जवाब हों अंकल जी ये सरपंच पापा जी की है पापा जी गल करो मैं तो थोड़ा बच्चा। देखो निम्रता मैं देखा कि छोटे छोटे गलों को असं हंकार कर जाने असं छोटे जे काम पिछे आपका सिस्टम गवा बैठते हैं। इस परिवार ने जिनी लियाकत नाल सरपंची की कोई उंगल नहीं कर सकता। असी विरोधी पार्टी चा असी कांग्रेस पार्टी के होंदे होया भी सरजीत सिंह की सरपंची की भी तारीफ करते हैं। अगर किसी का कोई चंगा काम हो सकिया सरजीत सिंह ने जरूर किया नहीं तो घटो घट किसी का माड़ा नहीं किया। कोई बाह खड़ी करके बंदा यह नहीं कह सकता कि सरजीत सिंह ने मेरा नुकसान करता है। अज उस परिवार का बच्चा उस परिवार के उत्ते जी बीत रही होगी वो तो किसी तो भुली हुई नहीं पर जिथे एडा वड्डा कट इनी संगत अंतम अरदास शामिल होने इकट्ठी हुई है यह साबित करती है कि वह मेरा वीर जिदे वास्ते असी अरदास की चरणों के नवास बख्शी वो उन्होंने चरणों के पहुंच चुका है। यहोजे बच्चे जोड़े ने यहोजे परिवार के जी जे ने कभी रस्तिया के होर जोड़ों के अधिकारी नहीं होंगे वो सिर्फ के सिर्फ वो चरणों के अधिकारी होंगे है जिन्हों वास्ते इन संगतान दिन अखा नम हो इन्ना परिवार के जिते दुख शामिल होंगे। सो मैं ज्यादा समा ना लगा वाहगुरु अगे अरदास करना कि वाहगुरु तेरे चरणा च है तू अपने चरणा च वाहगुरु जी का खालसा वाहगुरु जी। मैं बहुत बहुत धनवादी मेरे बड़े वीर गुरप्रीत सिंह जी बना वाले वो भी इतने पहुंचे सो उन्होंने मैं बेनती करा कि दो मिनट वास्ते आन श्रद्धा से फुल भेंट कह
ਗੁਰਬੀਰ ਸਿੰਘ ਜੀ ਬੜਾ ਵਾਲਾ ਸਾਹਿਬ ਜੀ ਮਿੱਤਰ ਗੁਰੂ ਜੀ ਵਿਰਾਜਮਾਨ ਸਮੂਹ ਸੰਗਤ ਫਤਿਹ ਬੁਲਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਈ ਸ਼ਬਦ ਨਹੀਂ ਇਹਨਾਂ ਸਾਡੇ ਉਸ ਪਿਆਰੇ ਛੋਟੇ ਵੀਰ ਨੂੰ ਸ਼ਰਧਾਂਜਲੀ ਦਿੱਤੀ ਜਾਵੇ। ਮਾਪਿਆਂ ਦਾ ਹੋਣ ਨਾਲ ਸਪੁੱਤਰ ਜਿਸਨੇ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਆਪਣੇ ਨਗਰ ਦਾ ਨਹੀਂ ਪੰਜਾਬ ਦਾ ਨਾਂ ਉੱਚਾ ਕੀਤਾ ਹੋਏ, ਜਿਸਨੇ ਵੱਡੇ ਵੱਡੇ ਮੁਕਾਬਲਿਆਂ ਦੇ ਵਿੱਚ ਜਿੱਤਾਂ ਹਾਸਲ ਕੀਤੀਆਂ ਹੋਣ, ਇਹ ਇੰਝ ਹਾਰ ਜੂਗਾ ਕੋਈ ਸੋਚ ਨਹੀਂ ਸਕਦਾ। ਸੁਭਾਅ ਬਾਰੇ ਗੱਲ ਹੋਈ, ਭਾਵੇਂ ਉਹ ਗੇਮ ਦੇ ਵਿੱਚ ਸੀ ਭਾਵੇਂ ਨਿੱਜੀ ਤੌਰ 'ਤੇ ਸੀ, ਮੇਰੇ ਤੋਂ ਪਹਿਲਾਂ ਮੁਲਾਰੇ ਵੀ ਮੁੜ ਕੇ ਗਏ ਆ। ਜਦੋਂ ਉਹਦੇ ਨਾਲ ਗੱਲ ਹੁੰਦੀ, ਇੱਕ ਗੱਲ ਮੇਰੀ ਬੜੀ ਯਾਦ ਆ, ਕਹਿੰਦਾ ਮੈਨੂੰ ਜਦੋਂ ਮੈਂ ਖੇਡਣ ਲੱਗਿਆ ਮੇਰੇ ਪਿਤਾ ਜੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਕਿ ਸਰਬੀਰ ਸਿੰਘ ਪਿੰਡ ਦਾ ਬੇਟਾ, ਮੇਰੇ ਮਨ 'ਚ ਆਈ ਕਿ ਮੈਂ ਇੱਦਾਂ ਨਾਂ ਕਰਦਾ ਕਿ ਮੇਰੇ ਪਿਤਾ ਜੀ ਨੂੰ ਮੇਰੇ ਨਾਂ ਨਾਲ ਜਾਣਿਆ ਜਾਵੇ। ਅਤੇ ਉਹ ਸਾਡਾ ਵੀਰ ਕਰਕੇ ਗਿਆ ਗਾ ਕਿ ਕਰਮੇ ਦਾ ਡੈਡੀ ਆ ਸਰਬੀਰ ਸਿੰਘ ਗਿੱਲ, ਝੰਡੇ ਕਲਾਂ ਦਾ ਵਸਨੀਕ। ਸੋ ਉਹਦੀ ਸੋਚ ਜਿਹੜੀ ਬੜੀ ਵੱਡੀ ਉੱਚੀ ਸੀ, ਪਰ ਜਿਵੇਂ ਕਹਿੰਦੇ ਪਰਮਾਤਮਾ 'ਤੇ ਜ਼ੋਰ ਨਹੀਂ ਚੱਲਦਾ, ਚਾਰੇ ਪਾਸੇ ਦੇਖੀਏ ਦੁੱਖ ਹੀ ਦੁੱਖ ਆ, ਪਰ ਵਾਹਿਗੁਰੂ ਦਾ ਭਾਣਾ ਅਤੇ ਸੰਗਤਾਂ ਦਾ ਸਹਿਯੋਗ, ਇਹ ਅੱਜ ਆਪਣਾ ਅੰਤਮ ਅਰਦਾਸ ਦੇ ਵਿੱਚ ਹੀ ਆ ਕੇ ਫਰਜ਼ ਪੂਰਾ ਨਹੀਂ ਹੋ ਜਾਂਦਾ। ਮੈਂ ਕਹਿੰਦੇ ਆਪਾਂ ਦੋਸਤ ਮਿੱਤਰ ਰਿਸ਼ਤੇਦਾਰ ਬੈਠੇ ਹਾਂ, ਬਹੁਤ ਵੱਡੀ ਸੱਟ ਹੈ ਜੇ ਪਰਿਵਾਰ ਦੇ ਨਾਲ ਸਮੇਂ ਸਿਰ ਆ ਕੇ ਧਰਵਾਦ ਦੇਵਾਂਗੇ। ਗਿੱਲ ਸਾਹਿਬ ਦਾ ਜੋ ਜੀਵਨ ਆ ਜਾਂ ਉਹਨਾਂ ਦੇ ਪਰਮਾਤਮਾ ਨਾਲ ਜੋ ਲੱਗਣ ਆ, ਬਹੁਤ ਵੱਡੇ ਦਲੇਰ ਇਨਸਾਨ ਨੇ, ਪਰ ਇਹੋ ਜਿਹੀਆਂ ਸੱਟਾਂ ਉਹ ਦਲੇਰੀ ਤੋੜ ਦਿੰਦੀਆਂ ਨੇ। ਆਪਣਾ ਸਾਰਿਆਂ ਦਾ ਸਾਥੀ ਇਸ ਪਰਿਵਾਰ ਨੂੰ ਅੱਗੇ ਲਿਜਾ ਸਕਦਾ, ਕਿਉਂਕਿ ਇਹੋ ਜਿਹਾ ਪੁੱਤਰ ਜਿਹਨੇ ਬਹੁਤ ਵੱਡੀਆਂ ਪੱਲਾਂ ਮਾਰਦੀਆਂ ਹੋਣ, ਜਿਹਨੇ ਆਪਣੇ ਨਾਂ ਦਾ ਪਿੰਡ ਦਾ ਨਾਂ ਨਹੀਂ, ਪੰਜਾਬ ਦਾ ਨਾਂ ਨਹੀਂ, ਦੇਸ਼ ਦਾ ਨਾਂ ਚਮਕਾਉਣਾ ਹੋਵੇ, ਜਿਹਦੇ ਬਹੁਤ ਵੱਡੀਆਂ ਆਸਾਂ ਹੋਣ, ਉਹੋ ਜਿਹੇ ਇਨਸਾਨ ਦਾ ਤੁਰ ਜਾਣਾ ਵਿਛੋੜਾ ਸਹਿਣਾ ਬਹੁਤ ਔਖਾ। ਪਰ ਮੈਂ ਕਹਿ ਸਕਦਾ ਕਿ ਗਿੱਲ ਪਰਿਵਾਰ ਨੂੰ ਇੱਕ ਗੱਲ ਦਾ ਜੇ ਮਾਣ ਹੋਊਗਾ ਕਿ ਉਹ ਪੁੱਤਰ ਭਾਵੇਂ ਉਮਰ ਛੋਟੀ ਲੈ ਕੇ ਗਿਆ, ਪਰ ਜੋ ਵਡਿਆਈਆਂ ਖੱਟ ਕੇ ਗਿਆ ਗਾ, ਜੋ ਨਾਂ ਪਰਿਵਾਰ ਦਾ ਚਮਕਾ ਕੇ ਗਿਆ ਗਾ, ਉਹ ਇਸੇ ਤਰ੍ਹਾਂ ਦੁਨੀਆਂ ਦੇ ਰਹਿੰਦੀ ਦੁਨੀਆਂ ਤੱਕ ਚਮਕਦਾ ਰਹੂਗਾ। ਭਾਵੇਂ ਉੱਥੋਂ ਨੇ ਮੁੜ ਕੇ ਨਹੀਂ ਆਉਣਾ, ਪਰ ਉਹਦੀਆਂ ਯਾਦਾਂ, ਉਹਦੇ ਕੀਤੇ ਹੋਏ ਕੰਮ, ਉਹਦੀਆਂ ਮਾਰੀਆਂ ਹੋਈਆਂ ਮੱਲਾਂ ਹਮੇਸ਼ਾ ਸਾਡਾ ਸਿਰ ਉੱਚਾ ਕਰਦੀਆਂ ਰਹਿਣਗੀਆਂ, ਸਾਨੂੰ ਮਾਣ ਨਾਲ ਜਿਉਣ ਦੇ ਵਾਸਤੇ ਪ੍ਰੇਰਦੀਆਂ ਰਹਿਣਗੀਆਂ। ਇਹੋ ਜਿਹਾ ਪੁੱਤ ਘਰ ਘਰ ਹੋਵੇ। ਬਹੁਤ ਛੋਟੀ ਉਮਰ ਸੀਗੀ, ਮੈਂ ਬੈਠਾ ਸੋਚ ਰਿਹਾ ਸੀ, ਮੇਰੇ ਕੋਲ ਨੂਰ ਸਾਹਿਬ ਸਰਪੰਚ ਸਾਹਿਬ ਬੈਠੇ ਨੇ, ਉਹਨਾਂ ਦਾ ਵੀ ਹੋਣ ਹਾਰ ਸਪੁੱਤਰ ਸੀ, ਮੈਂ ਵੇਖੀ ਜਾਂਦਾ ਸੀ ਕਿ ਵਾਕਈ ਗੱਲ ਸੱਚ ਹੈ ਜਿਵੇਂ ਮੇਰੇ ਤੋਂ ਪਹਿਲਾਂ ਕਹਿ ਕੇ ਗਏ ਨੇ, ਜੋ ਲਾਇਕ ਇਨਸਾਨ ਹੁੰਦੇ ਨੇ, ਜੋ ਖੁਸ਼ਬੂਆਂ ਬਣਦੇ ਨੇ, ਪਰਮਾਤਮਾ ਨੂੰ ਬੜੀ ਛੇਤੀ ਜਲਦੀ ਆਪਣੇ ਕੋਲ ਸੱਦ ਲੈਂਦਾ, ਪਤਾ ਨਹੀਂ ਕੀ ਕਾਹਲੀ ਹੁੰਦੀ ਹੈ, ਅਤੇ ਉਹ ਕਾਹਲੀ ਕਾਹਲੀ ਆਪਦਾ ਨਾਂ ਬਣਾ ਕੇ ਜਾਂਦੇ ਨੇ, ਬਹੁਤ ਵੱਡਾ ਵਿਛੋੜਾ ਗਾ। ਪਹਿਲਾਂ ਪਰਮਾਤਮਾ ਅੱਗੇ ਇਹ ਅਰਦਾਸ ਕਰਦਾ, ਸੱਚੇ ਪਾਤਸ਼ਾਹ ਸਾਡੇ ਵੀਰ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੀ, ਸਾਨੂੰ ਸਾਰਿਆਂ ਨੂੰ ਇਹ ਪ੍ਰੇਰਨਾ ਦੇ ਕੇ ਇਸ ਪਰਿਵਾਰ ਨਾਲ ਜੁੜ ਕੇ ਹਰ ਘੜੀ ਹਰ ਪਲ ਅਸੀਂ ਇਸ ਪਰਿਵਾਰ ਦੇ ਨਾਲ ਖੜੇ ਰਹੀਏ, ਸਾਰੇ ਦੋਸਤ ਮਿੱਤਰ ਰਿਸ਼ਤੇਦਾਰ, ਅਤੇ ਪਰਮਾਤਮਾ ਹੀ ਸ਼ਕਤੀ ਦੇਵੇ ਕਿ ਭਾਣੇ ਦੇ ਵਿੱਚ ਪਰਿਵਾਰ ਨਿਕਲੇ, ਕਿਉਂਕਿ ਪਰਿਵਾਰੀ ਦਾ ਇੱਕ ਜਿਵੇਂ ਕਹਿੰਦੇ ਉਹ ਫੁੱਲ ਜਿਹੜੇ ਖੁਸ਼ਬੂਆਂ ਵੰਡਣੀਆਂ ਸੀ ਮਾਲਾ ਦਾ, ਉਹ ਮੋਤੀ ਜਿਹਦੇ ਸਾਰਿਆਂ ਨੂੰ ਮਾਨਸ ਉਹ ਟੁੱਟਿਆ ਦਾ ਬਹੁਤ ਵੱਡਾ ਭਾਣਾ ਗਾ। ਵਾਹਿਗੁਰੂ ਤੁਸੀਂ ਸ਼ਕਤੀ ਦੇ ਸਕਦੇ ਹੋ, ਇਹਨਾਂ ਕਹਿੰਦਾ ਕਿਰਪਾ ਦਾ ਜਸਟਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਸਾਡੇ ਵੱਡੇ ਵੀਰ ਗੁਰਬੀਰ ਸਿੰਘ ਜੀ ਬਣਾਵਾਲੀ ਸਾਹਿਬ, ਪਰ ਮੈਂ ਵਿਸ਼ੇਸ਼ ਤੌਰ 'ਤੇ ਧੰਨਵਾਦੀ ਹਾਂ ਅਤੇ ਮਾਫ਼ੀ ਵੀ ਚਾਹੁੰਦਾ ਮੇਰੇ ਬਹੁਤ ਹੀ ਸਨਮਾਨ ਅਤੇ ਸਰਕਾਰਯੋਗ ਸਰਦਾਰ ਬਲਦੇਵ ਸਿੰਘ ਜੀ, ਜੋ ਕੋਵਿਡ ਬੈਂਕ ਮਾਨਸਾ ਦੇ ਚੇਅਰਮੈਨ ਨੇ, ਸੋ ਸਮੇਂ ਦੀ ਘੱਟ ਕਰਕੇ ਉਹਨਾਂ ਨੂੰ ਬੁਲਾ ਨਹੀਂ ਸਕਦੇ, ਉਹਨਾਂ ਤੋਂ ਵੀ ਬੜੀ ਸਤਿਕਾਰ ਵਿਨਮਰਤਾ ਸਹਿਤ ਮਾਫ਼ੀ ਮੰਗਦੇ ਹਾਂ। ਔਰ ਹੁਣ ਮੈਂ ਬੜੀ ਸਤਿਕਾਰ ਵਿਨਮਰਤਾ ਸਹਿਤ ਬੇਨਤੀ ਕਰਾਂ ਕਿ ਸਾਡੇ ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਮੇਰੇ ਬਹੁਤ ਹੀ ਸਨਮਾਨਯੋਗ ਸਰਦਾਰ ਸੁਖਦੇਵ ਸਿੰਘ ਜੀ ਚੈਨਲ ਵਾਲਾ ਸਾਹਿਬ, ਉਹ ਵੀ ਵਿਸ਼ੇਸ਼ ਤੌਰ 'ਤੇ ਪਹੁੰਚਦੇ ਹੋ, ਅਤੇ ਜੋ ਸਾਡੇ ਵੀਰ ਕਰਮਪਾਲ ਸਿੰਘ ਸ਼ਬਦ ਦੇ ਉੱਪਰ ਵੇਟ ਕਰਨ। ਸੋ ਇੱਕ ਵਾਰ ਫਿਰ ਮੈਂ ਜਿੰਨੀਆਂ ਵੀ ਸੰਗਤਾਂ ਆਈਆਂ, ਬਹੁਤ ਹੀ ਨੌਜਵਾਨ ਕਾਕਾ ਕਰਮਜੀਤ ਸਿੰਘ ਜੀ ਕਰਮਾ ਅਤੇ ਅੰਤਮ ਅਰਦਾਸ ਸ਼ਾਮਲ ਹੋਣ ਲਈ ਇਕੱਤਰ ਹੋਈ ਸਾਰੀ ਸੰਗਤ, ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਤੋਂ ਪਹਿਲਾਂ ਕਾਕਾ ਕਰਮਜੀਤ ਸਾਹਿਬ ਨੇ ਬਹੁਤ ਸਾਰੇ ਬੁਲਾਇਆ ਨੇ, ਬਹੁਤ ਕੇ ਤੁਹਾਨੂੰ ਜਾਣਨਾ ਪਾਇਆ, ਕਿਹੋ ਜਿਹਾ ਉਹਨਾਂ ਦਾ ਸੁਭਾਅ ਸੀ, ਕਿਹੋ ਜਿਹੀ ਰਹਿਣੀ ਬਹਿਣੀ ਸੀ, ਔਰ ਉਹਨਾਂ ਦੇ ਪਰਿਵਾਰ ਬਾਰੇ ਵੀ ਕਾਫੀ ਗੱਲਾਂ ਮੈਂ ਇੱਥੋਂ ਪਹਿਲਾਂ ਸਾਂਝੀਆਂ ਹੋਈਆਂ। ਜੋ ਇਨਸਾਨ ਦੁਨੀਆਂ 'ਤੇ ਆਉਂਦਾ ਹੈ ਆਤਮਾ ਵਿੱਚ ਚਲੇ ਜਾਂਦਾ,
ਕਿਰਪਾ ਕਰਨ ਕਿ ਅਸੀਂ ਉਸ ਲੈਣ ਮੰਨ ਲਈਏ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ।